ਬਚਪਨ ਤੋਂ ਮੇਰੀ ਦਾਦੀ ਨੇ ਮੈਨੂੰ ਇੱਕ ਸਟੋਰੀ ਕਾਫੀ ਵਧੀਆ ਸੁناਈ ਹੈ ਬੀਬੀ ਰਜਣੀ ਦੀ ਕਿਵੇਂ ਬੀਬੀ ਰਜਣੀ ਦਾ ਭਰੋਸਾ ਸੀਗਾ ਉਸ ਰੱਬ ਦੇ ਪ੍ਰਤੀ ਉਹ ਸਟੋਰੀ ਤੋਂ ਮੈਨੂੰ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਨੇ ਜੋ ਕਿ ਤੁਹਾਨੂੰ ਇਹ ਫਿਲਮ ਦੇ ਵਿੱਚੋਂ ਵੀ ਸਿੱਖਣ ਨੂੰ ਮਿਲਣਗੀਆਂ ਫਿਲਮ ਦਾ ਨਾਮ ਹੈ ਪੀਪੀ ਰਜਣੀ ਇਹ ਫਿਲਮ ਦਾ ਟੌਪਿਕ ਬਹੁਤ ਹੀ ਸ਼ਾਨਦਾਰ ਹੈ ਇਹ ਫਿਲਮ ਦਾ ਟ੍ਰੇਲਰ ਰੀਲੀਜ਼ ਹੋ ਚੁੱਕਿਆ ਹੈ ਚਲੋ ਇਹ ਫਿਲਮ ਦੇ ਟ੍ਰੇਲਰ ਰਿਵਿਊ ਦੇ ਬਾਰੇ ਗੱਲ ਕਰਦੇ ਹਾਂ ਇਹ ਤੁਸੀਂ ਕਹੋ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਇੱਕ ਰੈਵੋਲੂਸ਼ਨ ਹੀ ਹੈ ਇਹ ਪੰਜਾਬੀ ਇੰਡਸਟਰੀ ਦਾ ਉਹ ਮਾਸਟਰਪੀਸ ਹੋਣ ਵਾਲਾ ਜਿਹਨੂੰ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ ਚਾਹੋਗੇ ਫਿਲਮ ਦੇ ਵਿੱਚ ਰੂਪੀ ਗਲ ਦੇ ਨਾਲ ਯੋਗਰਾਜ ਸਿੰਘ ਮੇਨ ਭੂਮਿਕਾ ਨਿਭਾਉਂਦੇ ਹੋਏ ਦੇਖਣ ਨੂੰ ਮਿਲਣਗੇ ਮੇਕਰਸ ਨੇ ਇਹ ਫਿਲਮ ਦਾ ਟ੍ਰੇਲਰ ਰਿਲੀਜ਼ ਕਰਤਾ ਅਤੇ ਟ੍ਰੇਲਰ ਦੇਖਣ ਤੋਂ ਬਾਅਦ ਮੇਰੇ ਕੋਲੇ ਦਾ ਕੋਈ ਸ਼ਬਦ ਬਚਿਆ ਹੀ ਨਹੀਂ ਹੈ ਟ੍ਰੇਲਰ ਨੂੰ ਡਿਸਕ੍ਰਾਈਬ ਕਰਨ ਦੇ ਲਈ ਮੈਨੂੰ ਹਰੇਕ ਸੀਨ ਬਹੁਤ ਹੀ ਵਧੀਆ ਲੱਗਿਆ ਤੇ ਕਾਫੀ ਅਜਿਹੇ ਵੀ ਸੀਨ ਸੀਗੇ ਜਿੱਥੇ ਗੂਸਬੰਮਜ਼ ਵੀ ਆ ਜਾਂਦੇ ਨੇ ਹੈਤਾ ਸਿਰਫ ਟ੍ਰੇਲਰ ਹੀ ਹੈ ਜਦੋਂ ਪੂਰੀ ਫਿਲਮ ਦੇਖਾਂਗੇ ਉਦੋਂ ਅਸਲੀ ਸਵਾਦ ਆਊਗਾ ਯੋਗਰਾਜ ਸਿੰਘ ਆਪਾਂ ਨੂੰ ਉਹ ਵਾਲੇ ਰੋਲ ਦੇ ਵਿੱਚ ਦੇਖਣ ਨੂੰ ਮਿਲਣਗੇ ਜੋ ਕਿ ਉਹ ਸਭ ਤੋਂ ਵਧੀਆ ਕਰਦੇ ਨੇ ਇੰਟੈਂਸ ਰੋਲ ਦੂਜੇ ਪਾਸੇ ਰੂਪੀ ਗਿਲ ਵੀ ਆਪਾਂ ਨੂੰ ਆਪਣੀ ਸ਼ਾਨਦਾਰ ਪਰਫਾਰਮੈਂਸ ਦਿਖਾਉਂਦੇ ਹੋਏ ਨਜ਼ਰ ਆਉਣਗੇ ਉਹਨਾਂ ਦੀਆਂ ਜਿਹੜੀਆਂ ਐਕਟਿੰਗ ਸਕਿਲਸ ਨੇ ਉਹ ਸਾਰੀਆਂ ਆਪਾਂ ਨੂੰ ਇਹ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਪਤਾ ਵੀ ਲੱਗੂਗਾ ਆਪਾਂ ਨੂੰ ਕੀ ਉਹ ਯੋਗ ਹੈਗੇ ਨੇ ਲੀਡ ਐਕਟਰੈਸ ਦੇ ਜਾਂ ਨਹੀਂ ਉਹਨਾਂ ਦਾ ਅਸਲੀ ਟੈਲੈਂਟ ਇਹੀ ਫਿਲਮ ਦੇ ਵਿੱਚ ਮਿਲਦਾ ਦੇਖਣ ਨੂੰ ਮਿਲੂਗਾ ਅਸਲੀ ਪ੍ਰੀਖਿਆ ਇਹੀ ਫਿਲਮ ਦੇ ਵਿੱਚ ਉਹਨਾਂ ਦੀ ਹੋਗੀ। ਉੱਪਰੋਂ ਆਪਾਂ ਨੂੰ ਐਸ ਬੀਬੀ ਰਜਣੀ ਦੇਖਣ ਨੂੰ ਮਿਲਣਗੇ। ਫਿਲਹਾਲ ਤਾਂ ਇਹ ਕੈਰੈਕਟਰ ਦੇ ਵਿੱਚ ਉਹ ਮੈਨੂੰ ਬਹੁਤ ਹੀ ਜ਼ਿਆਦਾ ਸ਼ਾਨਦਾਰ ਲੱਗੇ। ਹੁਣ ਦੇਖਦੇ ਹਾਂ ਉਹਨਾਂ ਦੀ ਪਰਫਾਰਮੈਂਸ ਪੂਰੀ ਫਿਲਮ ਦੇ ਵਿੱਚ ਕਿਵੇਂ ਹੁੰਦੀ ਹੈ। ਸੋ ਟ੍ਰੇਲਰ ਦੇ ਵਿੱਚ ਆਪਾਂ ਨੂੰ ਕਾਫੀ ਸੀਨ ਇਹ ਜਿਹੇ ਵੀ ਦੇਖਣ ਨੂੰ ਮਿਲੇ ਨੇ ਜੋ ਕਿ ਬਹੁਤ ਹੀ ਹਾਈ ਕੁਆਲਿਟੀ ਵਾਲੇ ਸੀਨਸ ਨੇ ਕਾਫੀ ਵਧੀਆ ਸਿਨੇਮਾ ਦਿਖਾਇਆ। ਕਾਫੀ ਵਧੀਆ ਸਿਨੇਮੈਟਿਕ ਸ਼ਾਟਸ ਵੀ ਨੇ ਫਿਲਮ ਦੇ ਵਿੱਚ। ਇਹ ਫਿਲਮ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਹਿਸਟਰੀ ਬਣਾ ਸਕਦੀ ਹੈ। ਬੀਬੀ ਰਜਣੀ ਦਾ ਟੌਪਿਕ ਪਹਿਲੀ ਵਾਰ ਹੀ ਨਹੀਂ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਣ ਪਹਿਲਾਂ ਵੀ ਇਹ ਟੌਪਿਕ ਦੇ ਉੱਤੇ ਫਿਲਮ ਬਣੀ ਹੋਈ ਹੈ 1974 ਦੇ ਵਿੱਚ ਯਾਨੀ ਪੂਰੇ 50 ਸਾਲ ਪਹਿਲਾਂ ਇਹ ਟੌਪਿਕ ਦੇ ਉੱਤੇ ਫਿਲਮ ਆਈ ਸੀ ਫਿਲਮ ਦਾ ਨਾਮ ਸੀ ਦੁੱਖ ਪੰਜਨ ਤੇਰਾ ਨਾਮ ਮੇਰੀ ਫੈਮਲੀ ਨੇ ਇਹ ਫਿਲਮ ਮੈਨੂੰ ਬਹੁਤ ਵਾਰੀ ਦਿਖਾਈ ਵੀ ਆ ਤੇ ਇਹ ਫਿਲਮ ਦੇ ਵਿੱਚ ਕਾਫੀ ਵੱਡੇ ਸਿਤਾਰੇ ਦੇਖਣ ਨੂੰ ਮਿਲੇ ਸੀ ਆਪਾਂ ਨੂੰ ਤੇ ਬਹੁਤ ਹੀ ਸ਼ਾਨਦਾਰ ਤੇ ਬਹੁਤ ਖੂਬ ਫਿਲਮ ਬਣਾਈ ਸੀ ਮੇਕਰਸ ਨੇ ਹੁਣ ਤੁਸੀਂ ਇਹ ਕਹ ਲਓ ਦੁੱਖ ਪੰਜਨ ਤੇਰਾ ਨਾਮ ਦ ਰੀਕਰੇਸ਼ਨ ਹੈ ਬੀਬੀ ਰਜਣੀ ਰਾਧਾ ਸਲੂਜਾ ਜੋ ਕਿ ਐਸ ਬੀਬੀ ਰਜਣੀ ਦੇਖਣ ਨੂੰ ਮਿਲੇ ਸੀ ਫਿਲਮ ਦੇ ਵਿੱਚ ਸ਼ਮਿੰਦਰ ਰੋਲ ਪਲੇ ਕਰਦੇ ਹੁੰਦੇ ਨੇ ਸਿੰਘਲੇ ਦਾ ਜੋ ਕਿ ਬੀਬੀ ਰਜਣੀ ਦਾ ਘਰ ਵਾਲਾ ਹੁੰਦਾ ਹੈ ਬੀਬੀ ਰਜਣੀ ਫਿਲਮ ਦੇ ਵਿੱਚ ਯੋਗਰਾਜ ਸਿੰਘ ਦਾ ਰੋਲ ਰਾਜੇ ਦਾ ਹੁੰਦਾ ਹੈ ਤੇ ਉਹ ਰੋਲ ਪਹਿਲਾਂ ਕੀਤਾ ਸੀਗਾ ਪ੍ਰੀਤੀ ਸਪਰੂ ਦੇ ਪਿਤਾ ਸ਼੍ਰੀ ਡੀ ਕੇ ਸਪਰੂ ਨੇ ਇਹ ਫਿਲਮ ਦੇ ਵਿੱਚ ਆਪਾਂ ਨੂੰ ਛੋਟਾ ਜਿਹਾ ਰੋਲ ਸੁਨੀਲ ਦੱਤ ਜੀ ਦਾ ਵੀ ਦੇਖਣ ਨੂੰ ਮਿਲਦਾ ਹੈ ਬਾਲੀਵੁੱਡ ਦੇ ਵਿਲਨ ਰਣਜੀਤ ਜੀ ਦਾ ਵੀ ਰੋਲ ਦੇਖਣ ਨੂੰ ਮਿਲਦਾ ਹੈ ਮਨਮੋਹਨ ਕ੍ਰਿਸ਼ਨ ਓਮ ਪ੍ਰਕਾਸ਼ ਤੇ ਜੌਨੀ ਵਾਕਰ ਤੇ ਹੋਰ ਵੀ ਕਾਫੀ ਸੈਲੀਬ੍ਰਿਟੀਜ਼ ਵੱਡੇ ਵੱਡੇ ਸਟਾਰ ਇਹ ਫਿਲਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਸੋ ਮੈਂ ਰਿਕਮੈਂਡ ਤੁਹਾਨੂੰ ਕਰੂੰਗਾ ਜ਼ਰੂਰ ਜਾ ਕੇ ਤੁਸੀਂ ਫਿਲਮ ਨੂੰ ਦੇਖੋ ਦੁੱਖ ਪੰਜਣ ਤੇਰਾ ਨਾਮ ਉਹ ਕਹਿੰਦੇ ਨਹੀਂ ਕਿ ਆਲਵੇਜ਼ 올ਡ ਹਿਸ ਗੋਲਡ ਬੀਬੀ ਰਜਣੀ ਤੇ ਦੁੱਖ ਪੰਜਣ ਤੇਰਾ ਨਾਮ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਕੰਪੈਰੀਜ਼ਨ ਹੋਊਗਾ ਆਈ ਹੋਪ ਜੋ ਟ੍ਰੇਲਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਉਹੀ ਵੱਡੇ ਪਰਦੇ ਤੇ ਵੀ ਦੇਖਣ ਨੂੰ ਮਿਲੇ ਐਕਸਪੈਕਟੇਸ਼ਨਸ ਤਾਂ ਮੇਰੀਆਂ ਬਹੁਤ ਹਾਈ ਨੇ ਇਹ ਫਿਲਮ ਤੋਂ ਫਿਲਮ ਦਾ ਬਜਟ ਕੁਝ ਜ਼ਿਆਦਾ ਨਹੀਂਗਾ ਫਿਲਮ ਦਾ ਬਜਟ 2.50 ਕਰੋੜ ਦਾ ਹੈ ਪਿਛਲੇ ਸਾਲ ਦੇਖਣ ਨੂੰ ਮਿਲੀ ਸੀ ਆਪਾਂ ਨੂੰ ਮਾਸਟਰਪੀਸ ਮਸਤਾਨੇ ਤੇ ਹੁਣ ਇਸ ਸਾਲ ਦੀ ਮਾਸਟਰਪੀਸ ਬੀਬੀ ਰਜਣੀ ਹੋਊਗੀ ਹੋਪਫੁਲੀ ਵੈਰੀ ਐਕਸਾਈਟਡ ਫਾਰ ਦਿਸ ਫਿਲਮ ਕਮੈਂਟ ਕਰਕੇ ਦੱਸੋ ਤੁਸੀਂ ਅਗਰ ਇਹ ਫਿਲਮ ਦਾ ਟ੍ਰੇਲਰ ਦੇਖਿਆ ਤੁਹਾਨੂੰ ਕਿੱਦਾਂ ਲੱਗਿਆ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ